21ਵੀਂ ਸਦੀ ਦੇ ਟੈਕਨੋਲੋਜੀ ਵਾਲੇ ਭਾਰਤ ਦੇ ਵਿੱਚ ਲੋਕ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ, ਜਿਸ ਦੀ ਤਸਵੀਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਖਾਬੜਾ ਤੋਂ ਸਾਹਮਣੇ ਆਈ ਹੈ, ਜਿੱਥੇ ਮੁਸਲਿਮ ਭਾਈਚਾਰੇ ਦੇ ਲਈ ਬਣੇ ਕਬਰਿਸਤਾਨ ਦੇ ਹਾਲਤ ਬਹੁਤ ਮਾੜੇ ਨੇ। ਪਰ ਅਜੇ ਵੀ ਕਬਰਿਸਤਾਨ ਅਤੇ ਸ਼ਮਸ਼ਾਨ ਘਾਟਾਂ ਨੂੰ ਜਾਂਦੇ ਰਸਤੇ ਕੱਚੇ ਨੇ ਅਤੇ ਲੋਕ ਮਜਬੂਰ ਨੇ। ਆਪਣੇ ਇਸ ਦੁੱਖ ਦੀ ਘੜੀ ਦੇ ਵਿੱਚ ਖੁਦ ਵੀਡੀਓ ਬਣਾ ਕੇ ਸਰਕਾਰਾਂ ਦੀ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਪਾਸੇ ਜਿੱਥੇ ਸਰਕਾਰਾਂ ਵੱਡੇ ਵਾਅਦੇ ਅਤੇ ਦਾਅਵੇ ਤਾਂ ਕਰ ਰਹੀਆਂ ਨੇ, ਜਿਨ੍ਹਾਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਪਿੰਡ ਦੇ ਸਰਪੰਚ ਮੁਤਾਬਕ ਪਿੰਡ ਦੇ ਮਾੜੇ ਹਾਲਾਤਾਂ ਬਾਰੇ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ। ਹਾਲਾਂਕਿ ਉਹਨਾਂ ਨੂੰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਤਾਂ ਮਿਲਿਆ, ਪਰ ਅਫਸੋਸ ਭਰੋਸਾ ਸਿਰਫ ਗੱਲਾਂ ਦੇ ਵਿੱਚ ਹੀ ਸੀ। ਰਸਤੇ ਸਾਰੇ ਕੱਚੇ ਪਏ ਆ ਜੀ, ਕਿਉਂਕਿ ਸਾਨੂੰ ਜਿੰਨੀ ਵਾਰ ਵੀ ਸਾਡੇ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਦੀ ਡੈਥ ਹੋਈ ਹੈ। ਪਿਛਲੇ ਕਈ ਸਾਲਾਂ ਤੋਂ ਅਸੀਂ ਇੱਦਾਂ ਹੀ ਕੱਚੇ ਰਸਤੇ 'ਚ ਮਤਲਬ ਲੈ ਕੇ ਜਾਂਦੇ ਰਹੇ ਡੈੱਡ ਬੋਡੀ ਨੂੰ, ਜਿੱਦਾਂ ਵੀ ਲੈ ਕੇ ਜਾਂਦੇ ਅਸੀਂ ਤਾਂ ਉਹ ਰਸਤੇ ਦੇ ਵਿੱਚ ਜਦੋਂ ਬਾਰਿਸ਼ ਹੋਈ ਵੀ ਸੀ ਇਸ ਵਾਰ ਵੀ ਤਾਂ ਪੂਰਾ ਪਾਣੀ ਦੇ ਨਾਲ ਭਰਿਆ ਹੋਇਆ ਸੀ, ਜਿਹਦੇ ਕਰਕੇ ਸਾਨੂੰ ਕਿੱਚੜ ਦੇ ਵਿੱਚੋਂ ਹੀ ਲੰਘਣਾ ਪਿਆ। ਅਤੇ ਲੱਗਦਾ ਵੀ ਜਿਹੜੀ ਕਿ ਪਿੰਡ ਪੱਧਰ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ, ਜਦੋਂ ਪੰਚਾਇਤਾਂ ਬਣਦੀਆਂ ਪੰਚਾਇਤਾਂ ਦੀ ਵੀ ਜ਼ਿੰਮੇਵਾਰੀ ਹੈ ਵੀ ਇਹ ਕੰਮ ਹੋ ਜਾਵੇ। ਅਸੀਂ ਪੰਚਾਇਤਾਂ ਨਾਲ ਵੀ ਗੱਲ ਕਰੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ, ਨਾ ਹੀ ਪਿੰਡ ਦੇ ਸਰਪੰਚ ਨੇ ਸਾਡੀ ਉਹ ਪੱਕੀ ਕਰਵਾਈ, ਨਾ ਹੀ ਅੱਗੋਂ ਜਦੋਂ ਮੁੱਖ ਮੰਤਰੀ ਨਾਲ ਗੱਲ ਹੋਈ ਸਾਡੀ, ਨਾ ਹੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਇਸ ਬਾਰੇ। 25 ਤੋਂ 28 ਸਾਲ ਉਮਰ ਹੋ ਗਈ ਮੇਰੀ ਜੀ, ਠੀਕ ਹੈ, 28 ਤੋਂ ਰਸਤੇ ਨੂੰ ਕੱਚਾ ਹੀ ਦੇਖਦਾ ਆ ਰਿਹਾ ਜਦ ਤੋਂ ਵੀ। ਹੁਣ ਕੀ ਲੱਗਦਾ ਵੀ ਹੁਣ ਅਗਲੀ ਕੋਈ ਅਪੀਲ ਹੈ ਤੁਹਾਡੇ ਵੱਲੋਂ ਜਾਂ ਸਰਕਾਰ ਜਾਗੂਗੀ? ਸਾਡੀ ਇਹੀ ਅਪੀਲ ਹੈ ਜੀ, ਜਿਹੜਾ ਸਾਡਾ ਰਸਤਾ ਹੈ ਉਹ ਪੱਕਾ ਕਰਿਆ ਜਾਵੇ ਤਾਂ ਜੋ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਵੀ ਜਦੋਂ ਅਸੀਂ ਜਨਾਜ਼ਾ ਲੈ ਕੇ ਗਏ ਇਹਨਾਂ ਦਾ ਤਾਂ ਸਾਨੂੰ ਰਸਤੇ ਦੀ ਬਹੁਤ ਦਿੱਕਤ ਆਈ ਹੈ ਜੀ, ਅਤੇ ਪਹਿਲਾਂ ਵੀ ਜਦੋਂ ਸਾਡੇ ਬਜ਼ੁਰਗਾਂ ਦੀ ਡੈੱਥ ਹੋਈ ਆ ਉਦੋਂ ਵੀ ਸਾਨੂੰ ਬਹੁਤ ਮਤਲਬ ਟਰਾਲੀ ਨਾਲ ਲੈ ਕੇ ਗਏ ਅਸੀਂ ਤਾਂ ਸਾਨੂੰ ਲੰਘਣ 'ਚ ਵੀ ਬਹੁਤ ਦਿੱਕਤ ਆਉਂਦੀ ਆ। ਮਤਲਬ ਸਾਡੀ ਇਹੀ ਅਪੀਲ ਆ ਵੀ ਸਾਡਾ ਰਸਤਾ ਪੱਕਾ ਕੀਤਾ ਜਾਵੇ, ਸਾਨੂੰ ਇਹੀ ਅਪੀਲ ਆ ਮਤਲਬ ਸਰਕਾਰ ਨੂੰ ਸਾਡੀ। ਪਿੰਡ ਦੇ ਇਹਨਾਂ ਮਾੜੇ ਹਾਲਾਤਾਂ ਦੇ ਲਈ ਜ਼ਿੰਮੇਵਾਰ ਕੌਣ ਹੈ? ਕਿ ਪਿੰਡ ਦੀ ਪੰਚਾਇਤ ਪਿੰਡ ਦੇ ਵਿਕਾਸ ਦੇ ਲਈ ਆਵਾਜ਼ ਚੁੱਕਣ 'ਚ ਨਾਕਾਮਯਾਬ ਹੋ ਰਹੀ ਹੈ, ਜਾਂ ਫਿਰ ਸੂਬੇ ਦੀਆਂ ਸਰਕਾਰਾਂ ਵੱਲੋਂ ਪਿੰਡ ਨੂੰ ਦੇਖ ਕੇ ਵੀ ਅਣਦੇਖਾ ਕੀਤਾ ਜਾ ਰਿਹਾ ਹੈ? ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।